मंत्री साहब, मंत्री साहब जी, मंत्री साहब से किया पेपर आ गए थोड़े। हाँ जी, तैयारी है, तैयारी है। हुण लगू पता किन्ने पग वर्गी नी साडे गप्परू जत्ता दे भंगड़ा पाऊंगा हैवी वेट बल्लीए दी हाथ मार के पत्ता दे। हुण फिरदी है व्याह वास्ते मुंडा लभदी, ਉਹ ਕਹਿੰਦੀ ਮੈਂ ਤੁਹਾਨੂੰ ਛੱਡ ਤਿਆ, ਉਹ ਟਾਈਮ ਸੀ ਮੇ ਤੁਹਾਡਾ, ਉਹ ਮੈਂ ਹੁਣ ਰਹਿੰਦੀ ਆ ਪਛਤਾਉਂਦੀ, ਉਹ ਮੈਂ ਹੁਣ ਰਹਿੰਦੀ ਆ ਪਛਤਾਉਂਦੀ, ਉਹ ਟਾਈਮ ਸੀ ਉਹ ਜਿਹੜਾ। ਕਰਕੇ ਹੀ ਪੀਸੀਆਰ ਦੇ ਹੁਟਰੇ ਵਜਾਉਣੇ ਪੈਂਦੇ ਨੇ ਨੀ ਤੇਰੇ ਕਰਕੇ, ਕਰਕੇ ਹੀ ਪੀਸੀਆਰ ਦੇ ਹੁਟਰੇ ਵਜਾਉਣੇ ਪੈਂਦੇ ਨੇ ਨੀ ਤੇਰੇ ਕਰਕੇ। ਪੰਜਾਬ ਗੁਰੂਆਂ ਦੀ ਪਵਿੱਤਰ ਧਰਤੀ ਹੈ ਅਤੇ ਇਹ ਧਰਤੀ ਲਾਮਿਸਾਲ ਸ਼ਹੀਦੀਆਂ ਅਤੇ ਕੁਰਬਾਨੀਆਂ ਨਾਲ ਰੰਗੀ ਪਈ ਹੈ। ਇਸ ਦਾ ਸੰਗੀਤਕ ਮਾਹੌਲ ਧਾਰਮਿਕ ਸੂਰਬੀਰਤਾ ਅਤੇ ਬਾਕੀ ਪੁਣੇ ਦੀ ਰੰਗਤ ਵਿੱਚ ਰੰਗਿਆ ਹੋਇਆ ਸੀ, ਪਰ ਕੁਝ ਗੀਤਕਾਰਾਂ ਅਤੇ ਗਾਇਕਾਂ ਨੇ ਇਸ ਮਾਹੌਲ ਨੂੰ ਆਪਣੀ ਗਾਇਕੀ ਵਿਚਲੀ ਅਸ਼ਲੀਲਤਾ ਨਾਲ ਮਲੀਨ ਕਰ ਦਿੱਤਾ ਹੈ। ਅਸ਼ਲੀਲ ਗਾਇਕੀ ਦੀ ਨਾ ਰੁਕਣ ਵਾਲੀ ਇਹ ਹਨੇਰੀ ਪੰਜਾਬ ਵਿੱਚ ਨਿਰੰਤਰ ਵਗ ਰਹੀ ਹੈ। ਇਸ ਗਾਇਕੀ ਨੇ ਹੁਣ ਇੱਕ ਨਵਾਂ ਰੂਪ ਲੈ ਲਿਆ ਹੈ। ਅੱਜ ਕੱਲ੍ਹ ਇੱਕ ਹੋਰ ਟ੍ਰੈਂਡ ਚੱਲ ਪਿਆ ਜੋ ਪਤਾ ਨਹੀਂ ਕਦੋਂ ਰੁਕੇਗਾ। ਇਹ ਟ੍ਰੈਂਡ ਜੇ ਇੱਕ ਅੱਧੀ ਘਟਨਾ ਹੋਵੇ ਤਾਂ ਇਸ ਨੂੰ ਸ਼ੁਗਲ ਕਿਹਾ ਜਾ ਸਕਦਾ ਹੈ, ਪਰ ਹਰਮਨ ਚੀਮੇ ਤੋਂ ਸ਼ੁਰੂ ਹੋ ਕੇ ਜੱਸੀ ਕੂਕਾਂ ਵਾਲਾ, ਗੁਰਪ੍ਰੀਤ ਸਹੋਤਾ, ਨਛੱਤਰ ਜ਼ੀਰਾ, ਦਰਸ਼ਨ ਲੱਖੇ ਵਾਲਾ, ਪੱਪੂ ਦਿਓਲ ਅਤੇ ਹੁਣ ਆ ਮੁੱਖ ਮੰਤਰੀ ਤੱਕ ਇਹ ਜੋ ਲੜੀ ਜੁੜ ਰਹੀ ਹੈ, ਇਸ ਗੱਲ ਦੀ ਗਵਾਹ ਹੈ ਕਿ ਸਾਡੀ ਪੰਜਾਬੀਆਂ ਦੀ ਮਾਨਸਿਕਤਾ ਕਿਸੇ ਗੰਭੀਰ ਬਿਮਾਰੀ ਦੀ ਲਪੇਟ ਵਿੱਚ ਹੈ। ਅੱਜ ਜਦੋਂ ਦੁਨੀਆ ਭਰ ਵਿੱਚ ਬਿੱਗ ਬੈਂਗ ਥਿਊਰੀ ਉੱਤੇ ਚਰਚਾ ਹੋ ਰਹੀ ਹੈ, ਵਿਗਿਆਨੀ ਮੰਗਲ ਗ੍ਰਹਿ ਉੱਤੇ ਪਾਣੀ ਦੀ ਖੋਜ ਕਰ ਰਹੇ ਹਨ, ਨਵੇਂ ਨਵੇਂ ਜੀਵ ਜੰਤੂਆਂ ਦੀ ਖੋਜ ਹੋ ਰਹੀ ਹੈ, ਮਨੁੱਖੀ ਜ਼ਿੰਦਗੀ ਨੂੰ ਹੋਰ ਸੌਖਾ ਕਰਨ ਲਈ ਖੋਜਾਂ ਹੋ ਰਹੀਆਂ ਹਨ, ਅਤੇ ਅਸੀਂ ਇੱਕ ਮੰਦਬੁੱਧੀ ਬੱਚੇ ਦੀਆਂ ਬਚਕਾਨਾ ਹਰਕਤਾਂ ਨੂੰ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਜਿਵੇਂ ਸਾਨੂੰ ਹੋਰ ਕੋਈ ਕੰਮ ਹੀ ਨਹੀਂ। ਸਵੇਰੇ ਬੰਦਾ ਆਪਣੇ ਮੋਬਾਈਲ 'ਤੇ ਇੰਟਰਨੈਟ ਖੋਲ੍ਹਦਾ ਕਿ ਚਲੋ ਪਾਠ ਸੁਣ ਲਈਏ ਜਾਂ ਫਿਰ ਕੋਈ ਖਬਰ ਸੁਣ ਲੈਂਦੇ ਹਾਂ, ਪਰ ਜਦੋਂ ਫੇਸਬੁੱਕ ਜਾਂ ਯੂਟਿਊਬ ਖੋਲ੍ਹੋ ਤਾਂ ਸਾਹਮਣੇ ਪੰਜਾਬ ਦੇ ਅਜਿਹੇ ਨਮੂਨੇ ਦਿਖਾਈ ਦਿੰਦੇ ਆ ਜਿਨ੍ਹਾਂ ਦੀਆਂ ਬਿਨਾਂ ਸਿਰ ਪੈਰਾਂ ਦੀਆਂ ਗੱਲਾਂ ਅਤੇ ਹਰਕਤਾਂ ਪੰਜਾਬ ਵਿੱਚ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਦੇਖੀਆਂ ਜਾਂ ਸੁਣੀਆਂ ਜਾ ਰਹੀਆਂ ਹਨ। ਕਦੇ ਕਿਸੇ ਗਾਇਕ ਨੇ ਦੂਜੇ ਗਾਇਕ ਨੂੰ ਗਾਲਾਂ ਕੱਢੀਆਂ ਹੁੰਦੀਆਂ, ਅਤੇ ਕਦੇ ਦੋ ਮਾਡਲਾਂ ਆਪਸ ਵਿੱਚ ਇੱਕ ਦੂਜੇ ਨੂੰ ਆਂਟੀ ਆਂਟੀ ਕਹਿ ਕੇ ਲੜ ਰਹੀਆਂ ਹੁੰਦੀਆਂ ਨੇ, ਕਦੇ ਕੋਈ ਬੈਂਸ ਕੈਲੀਫੋਰਨੀਆ ਵਾਲੀ ਸਾਹਮਣੇ ਖੜੀ ਹੁੰਦੀ ਅਤੇ ਕਦੇ ਕੋਈ ਜਗਦੀਪ ਰੰਧਾਵਾ। ਮਤਲਬ ਹੋ ਬਹੁਤ ਕੁਝ ਰਿਹਾ, ਪਰ ਸਾਰੇ ਦਾ ਸਾਰਾ ਉਹ ਜਿਸ ਦਾ ਕੋਈ ਆਧਾਰ ਨਹੀਂ, ਕੋਈ ਸਿਰ ਪੈਰ ਨਹੀਂ। ਕਿੱਧਰ ਤੁਰ ਪਏ ਪੰਜਾਬੀ? ਅੱਜ ਪੰਜਾਬ ਚਾਰੇ ਪਾਸਿਆਂ ਤੋਂ ਸੰਕਟ ਵਿੱਚ ਹੈ। ਖੇਤੀ ਸੰਕਟ, ਪਾਣੀ ਸੰਕਟ, ਰੁਜ਼ਗਾਰ ਸੰਕਟ, ਸਿੱਖਿਆ ਸੰਕਟ, ਸਿਹਤ ਸਹੂਲਤਾਂ ਦਾ ਸੰਕਟ ਅਤੇ ਕਿੰਨੇ ਹੀ ਹੋਰ ਸੰਕਟ, ਅਤੇ ਅਸੀਂ ਕਦੇ ਹਰਮਨ ਚੀਮੇ ਨਾਲ ਸੈਲਫੀ ਖਿੱਚ ਰਹੇ ਹਾਂ ਅਤੇ ਕਦੇ ਮੁੱਖ ਮੰਤਰੀ ਨਾਲ ਲਾਈਵ ਹੋ ਰਹੇ ਹਾਂ, ਕਦੇ ਸਰਦਾਰ ਕਰਤਾਰ ਸਿੰਘ ਸਰਾਭੇ ਅਤੇ ਸਰਦਾਰ ਊਧਮ ਸਿੰਘ ਨੂੰ ਆਪਣਾ ਨਾਇਕ ਮੰਨਣ ਵਾਲੀ ਜਵਾਨੀ ਅੱਜ ਮੰਦ ਬੁੱਧੀ ਅਤੇ ਬੇਸੁਰੇ ਗਾਇਕਾਂ ਨਾਲ ਫੋਟੋਆਂ ਖਿੱਚ ਕੇ ਖੁਸ਼ ਹੋ ਰਹੀ ਹੈ। ਸੁਣਨਾ ਤਾਂ ਬੀਰ ਸਿੰਘ ਨੂੰ ਸੁਣ ਲਵੋ, ਮਾਣਕ ਅਲੀ ਨੂੰ ਸੁਣ ਲਵੋ, ਅਤੇ ਤੁਸੀਂ ਨਛੱਤਰ ਜ਼ੀਰੇ ਵਾਲਾ ਸੁਣ ਰਹੇ ਹੋ। ਇਹ ਬਿਮਾਰ ਮਾਨਸਿਕਤਾ ਦੀ ਹੀ ਨਿਸ਼ਾਨੀ ਹੈ। ਹਾਕਮਾਂ ਨੇ ਸਾਰਾ ਮੁਲਕ ਸੇਲ ਉੱਤੇ ਲਾਇਆ ਹੋਇਆ, ਤੁਹਾਡੇ ਪੈਰਾਂ ਹੇਠੋਂ ਵੀ ਜਲਦੀ ਹੀ ਜ਼ਮੀਨ ਖਿਸਕਾ ਲੈਣੀ ਹੈ। ਇਸ ਲਈ ਮੂਰਖਾਂ ਵਾਲੀਆਂ ਹਰਕਤਾਂ ਛੱਡੋ ਅਤੇ ਆਪਣਾ ਮੂਲ ਪਛਾਣ ਕੇ ਇਸ ਧਰਤੀ ਨੂੰ ਸੰਕਟ ਵਿੱਚੋਂ ਕੱਢੋ, ਨਹੀਂ ਤਾਂ ਇਹ ਹਾਸੇ ਵਿੱਚ ਕਦੋਂ ਝੁੱਗਾ ਚੌੜ ਹੋ ਗਿਆ ਪਤਾ ਵੀ ਨਹੀਂ ਲੱਗਣਾ। ਅਜੇ ਵੀ ਵੇਲਾ ਹੈ ਲੋਕੋ, ਪੰਜਾਬ ਦੇ ਲੋਕੋ, ਸੰਭਲ ਜਾਓ, ਨਹੀਂ ਤਾਂ ਉਹ ਦਿਨ ਦੂਰ ਨਹੀਂ, ਤੁਸੀਂ ਇਤਿਹਾਸ ਦੇ ਇੱਕ ਪਾਤਰ ਬਣ ਕੇ ਰਹਿ ਜਾਓਗੇ। ਅਣਖ ਗੈਰਤ ਨਾਲ ਜਿਉਣ ਵਾਲੀ ਕੌਮ ਅੱਜ ਜੋਕਰਾਂ ਵਾਂਗ ਕਿਉਂ ਜੀ ਰਹੀ ਹੈ? ਸੋਚਣਾ ਤਾਂ ਪੈਣਾ।